ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੋਸਤ ਹੋਸਟ ਤੇ ਟੋਸਟ। ਹੈਲੋ ਹੈਲੋ, ਆ ਦੋਸਤ ਦਾ ਹੋਸਟ ਤਾਂ ਠੀਕ ਆ, ਟੋਸਟ ਦਾ ਕੀ ਮਤਲਬ? ਸੌਰੀ ਸਰ, ਦਰਅਸਲ ਮੇਰੀ ਕੋਈ ਗਲਤੀ ਨਹੀਂ, ਆ ਪੜ੍ਹ ਲਿਖ ਕੇ ਨੌਕਰੀ ਮੈਨੂੰ ਕੋਈ ਮਿਲੀ ਨਹੀਂ, ਅਤੇ ਮੈਂ ਆਪਣੇ ਵੱਡੇ ਨੇਤਾ ਜੀ ਦੇ ਆਖੇ ਲੱਗ ਕੇ ਇੱਕ ਚਾਹ ਅਤੇ ਪਕੌੜਿਆਂ ਦੀ ਰੇਹੜੀ ਲਾ ਲਈ, ਆ ਜਿੱਥੇ ਟੋਸਟ ਵੀ ਮਿਲਦੇ ਸੀ। ਆ ਜਦੋਂ ਕਿਤੇ ਰਲਦਾ ਮਿਲਦਾ ਜਾਂ ਸ਼ਬਦ ਆਉਂਦਾ, ਆ ਮੂੰਹ ਸ਼ਬਦ ਨਿਕਲ ਜਾਂਦੇ ਆ। ਪਰ ਚੜੋ, ਹੁਣ ਆਪਾਂ ਨੂੰ ਨੌਕਰੀ ਮਿਲ ਚੁੱਕੀ ਹੈ ਅਤੇ ਬੜੀ ਵਧੀਆ ਨੌਕਰੀ ਮਿਲ ਚੁੱਕੀ ਹੈ। ਗੱਲ ਕਰਦੇ ਹਾਂ ਚਾਹ ਪਕੌੜਿਆਂ ਅਤੇ ਟੋਸਟਾਂ ਵਾਂਗੂ ਗਰਮਾ ਗਰਮ ਮੁੱਦੇ ਦੀ। ਮੇਰਾ ਮਤਲਬ ਹੈ ਵੋਟਾਂ ਦੇ ਮੁੱਦੇ ਦੀ, ਜਿਹੜਾ ਕਿਰਕਰ ਚੱਲਦਾ ਪਿਆ, ਬੜਾ ਹੀ ਗਰਮਾਇਆ ਹੋਇਆ ਮੁੱਦਾ। ਜਿਹੜੀਆਂ ਵੀ ਸਰਕਾਰਾਂ ਬਣ ਰਹੀਆਂ ਜਾਂ ਬਣਨ ਜਾ ਰਹੀਆਂ, ਤਾਂ ਉਹਨਾਂ ਵੱਲੋਂ ਆਪਣੀ ਸਰਕਾਰ ਵੱਲੋਂ ਪਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਗਿਣਾਈਆਂ ਜਾ ਰਹੀਆਂ, ਪਰ ਇਸ ਬਾਰੇ ਤਾਂ ਇੱਕ ਆਮ ਇਨਸਾਨ ਹੀ ਦੱਸ ਸਕਦਾ, ਪਰ ਉਹਨਾਂ ਸਹੂਲਤਾਂ ਬਾਰੇ ਤਾਂ ਇੱਕ ਆਮ ਵੋਟਰ, ਆਮ ਇਨਸਾਨ ਹੀ ਦੱਸ ਸਕਦਾ ਕਿ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਕਿੱਥੋਂ ਤੱਕ ਸਾਰਥਕ ਸਿੱਧ ਹੁੰਦੀਆਂ। ਤਾਂ ਇਸੇ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਕਿਸੇ ਵੱਡੇ ਲੀਡਰ ਨੂੰ ਨਹੀਂ ਬੁਲਾਇਆ, ਬਲਕਿ ਇੱਕ ਆਮ ਵੋਟਰ, ਆਮ ਇਨਸਾਨ ਨੂੰ ਬੁਲਾਇਆ, ਤਾਂ ਕਿ ਜਾਣਿਆ ਜਾ ਸਕੇ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਉਹਨਾਂ 'ਤੇ ਕਿੰਨਾ ਕੁ ਫਰਕ ਪੈਂਦਾ ਅਤੇ ਕੀ ਉਹਨਾਂ ਨੂੰ ਸਹੂਲਤਾਂ ਮਿਲੀਆਂ ਜਾਂ ਨਹੀਂ ਮਿਲੀਆਂ। ਗੱਲਬਾਤ ਕਰਦੇ ਹਾਂ ਜੀ ਇੱਕ ਆਮ ਵੋਟਰ ਦੇ ਨਾਲ, ਆਮ ਇਨਸਾਨ ਦੇ ਨਾਲ। ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇੱਕ ਮਿੰਟ, ਫੋਨ ਆ ਗਿਆ ਜੀ, ਫੋਨ। ਹੈਲੋ, ਹਾਂ ਉਹ ਯਾਰ ਲੈ ਆਵਾਂਗਾ ਧਨੀਆ, ਮੈਂ ਗਿਆ ਲਿਆਓ ਧਨੀਆ ਲਿਆਓ। ਮੈਨੂੰ ਪਤਾ ਜਵਾਕਾਂ ਦੀ ਫੀਸ ਵੀ ਸਕੂਲ ਵਾਲੀ ਦੇਣ ਵਾਲੀ ਆ, ਉਹ ਦੇ ਦਿਆਂਗਾ ਯਾਰ ਪੈਸੇ, ਹੁਣ ਇੱਥੇ ਅੱਖਾਂ ਨੂੰ ਲੱਗਦੇ ਨੇ। ਓਏ ਜਿਹੜੇ ਮੈਂ ਕੰਮ ਆਇਆ, ਮੈਨੂੰ ਪਹਿਲਾਂ ਉਹ ਕੰਮ ਤਾਂ ਕਰ ਲੈਣ ਦੇ ਮਾਂ ਮੇਰੀਏ, ਜਿਹੜੇ ਕੰਮ ਆਇਆ ਕੰਮ ਤਾਂ ਕਰ ਲੈਂਦੇ। ਠੀਕ ਹੈ ਕੋਈ ਨਹੀਂ, ਲੈ ਆਵਾਂਗਾ ਸਬਜ਼ੀ ਵੀ, ਲੈ ਆਵਾਂਗਾ। ਆਹ ਫੋਨ ਕੱਟੋ। ਉਹ ਘਰਦਿਆਂ ਦਾ ਫੋਨ ਆਇਆ ਸੀ, ਕਹਿੰਦੇ ਵੀ ਆਉਂਦੇ ਹੋਏ ਨਾ ਉੱਥੋਂ ਮੰਡੀ ਦੇ ਵਿੱਚੋਂ ਸਬਜ਼ੀ ਲੈ ਆਇਆ ਜੀ। ਅਤੇ ਫਿਰ ਲਿਆ ਦਿਆ ਕਰੋ ਨਾ ਕੋਈ ਚੱਜ ਦੀ ਸਬਜ਼ੀ, ਚੱਜ ਦੀ ਸਬਜ਼ੀ ਲਿਆ ਦਿਆ ਕਰੋ। ਕਾਕਾ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਤਨਖਾਹ ਕਿੰਨੀ ਆ? ਸਰ ਮੇਰੀ ਤਨਖਾਹ ਬਹੁਤ ਚੰਗੀ ਹੈ ਜੀ, ਲਗਭਗ ਕੋਈ 50,000 ਦੇ ਕਰੀਬ ਹੈ। 50,000 ਦੇ ਕਰੀਬ ਤੇਰੀ ਤਨਖਾਹ ਆ? 50,000 ਰੁਪਈਆ ਹੈ? ਫਿਰ ਤੁਹਾਨੂੰ ਤਾਂ ਆਪੇ ਹੀ ਗੱਲਾਂ ਆਉਣੀਆਂ ਹੀ ਆਉਣੀਆਂ। ਉਹ ਚੱਜ ਦੀਆਂ ਸਬਜ਼ੀਆਂ ਖਾ ਸਕਦੇ ਆ ਤੁਹਾਡੇ ਵਰਗੇ ਲੋਕ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਤਨਖਾਹਾਂ ਨੇ, ਹੈ ਉਹ ਸਾਡੇ ਵਰਗਿਆ ਬੰਦਾ ਕਿੱਥੇ ਖਾ ਲੂ? ਆ ਜਿੰਨੀ ਮਹਿੰਗਾਈ ਪੈਂਦੀ ਪਈ ਹੈ, ਸਾਨੂੰ ਤਾਂ ਮਹਿੰਗਾਈ ਨੇ ਕੁਛ ਵੀ ਚੱਜ ਦਾ ਸਬਜ਼ੀ ਰਾਜਨ ਖਾਣ ਜੋਗਾ ਛੱਡਿਆ ਹੀ ਨਹੀਂ ਹੈਗਾ। ਹੈ ਉਹ ਮਾੜਾ ਬੰਦਾ ਅੱਜ ਕੱਲ੍ਹ ਮੰਡੀ ਦੇ ਵਿੱਚੋਂ ਕੀ ਲਿਆ ਸਕਦਾ? ਵੱਧ ਤੋਂ ਵੱਧ ਅਸੀਂ ਮੰਡੀ 'ਚੋਂ ਆਲੂ ਲਿਆ ਸਕਦੇ ਹਾਂ, ਆਲੂ ਹੀ ਖਾਧੀ ਜਾਂਦੇ ਹਾਂ ਕਿਉਂਕਿ ਆਲੂ ਹੀ ਅੱਜ ਕੱਲ੍ਹ ਸਸਤੇ ਮਿਲਦੇ ਆ। ਸਬਜ਼ੀਆਂ ਵੀ ਤਾਂ ਬਦਲ ਬਦਲ ਕੇ ਖਾਣੀਆਂ ਚਾਹੀਦੀਆਂ। ਓਏ ਮੈਂ ਤੈਨੂੰ ਅੱਗੇ ਗੱਲ ਕਹੀ, ਤੇਰੀ 50,000 ਤਨਖਾਹ ਭਰਾਵਾ, ਤੈਨੂੰ ਗੱਲਾਂ ਆਉਣੀਆਂ ਹੀ ਆਉਣੀਆਂ। ਉਹ ਬਦਲ ਬਦਲ ਕੇ ਖਾਂਦੇ ਨੇ ਵੱਡੇ ਲੋਕ, ਅਮੀਰ ਲੋਕ, ਅਸੀਂ ਵੀ ਬਦਲ ਬਦਲ ਕੇ ਖਾਂਦੇ ਹਾਂ, ਪਰ ਇਕੱਲੇ ਆਲੂਆਂ ਨੂੰ ਹੀ। ਪਹਿਲੇ ਦਿਨ ਧਰ ਲੈਂਦੇ ਹਾਂ ਸੁੱਕੇ ਆਲੂ, ਦੂਜੇ ਦਿਨ ਧਰ ਲੈਂਦੇ ਹਾਂ ਤਰੀ ਵਾਲੇ ਆਲੂ, ਤੀਜੇ ਦਿਨ ਦਹੀਂ 'ਚ ਆਲੂ। ਆਲੂ ਖਾ ਖਾ ਕੇ ਮੈਂ ਕਿਹਾ ਸਰੀਰ ਦੀ ਆਈ ਆਈ ਹੋਈ ਪਈ ਆ। ਛੱਡੋ ਜੀ ਆਲੂ ਜੀ, ਮੇਰਾ ਮਤਲਬ ਛੱਡੋ ਜੀ ਸਾਰੇ ਨਾ ਆਲੂਆਂ ਦੀ ਗੱਲ ਨੂੰ, ਤੁਸੀਂ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਲੱਗਦੇ ਹੋ, ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਉਹਨਾਂ ਨੇ ਬਹੁਤ ਕੁਝ ਕੀਤਾ, ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਆਮ ਜਨਤਾ ਨੂੰ। ਸਹੂਲਤਾਂ ਦਿੱਤੀਆਂ, ਉਹ ਸਹੂਲਤਾਂ ਘੱਟ ਪਰੇਸ਼ਾਨੀਆਂ ਜ਼ਿਆਦੀਆਂ ਦਿੱਤੀਆਂ ਆ। ਬਾਕੀ ਭਰਾ ਤੈਨੂੰ ਤਾਂ ਗੱਲਾਂ ਆਪੇ ਆਉਣੀਆਂ, ਤੇਰੀ 50,000 ਤਨਖਾਹ ਜੋ ਆ। ਸਰ ਤੁਸੀਂ ਕਿਉਂ ਮੇਰੀ ਸੈਲਰੀ ਦੇ ਪਿੱਛੇ ਹੱਥ ਧੋ ਕੇ ਪੈ ਗਏ ਹੋ? ਉਹ ਕਿਤੇ ਕਟਵਾ ਹੀ ਨਾ ਦਿਓ, ਉਹ ਪਹਿਲਾਂ ਹੀ ਕਈਆਂ ਦੀਆਂ ਤਨਖਾਹਾਂ ਕੱਟ ਗਈਆਂ। ਉਹ ਯਾਰ ਗਰੀਬ ਬੰਦਾ ਕਿੱਥੇ ਕੋਈ ਕਿਸੇ ਦਾ ਘਟਾ ਸਕਦਾ, ਇਹ ਤਾਂ ਅਮੀਰ ਬੰਦੇ ਵੱਡੇ ਬੰਦੇ ਨੇ, ਉਤਲੇ ਬੰਦੇ ਨੇ ਜਿਹੜਾ ਕੋਈ ਘਟਾ ਵਧਾ ਸਕਦੇ ਨੇ। ਹੈਂ ਬਾਕੀ ਤੂੰ ਕਹਿੰਦਾ ਕਿ ਸਰਕਾਰ ਨੇ ਬਹੁਤ ਜ਼ਿਆਦੀਆਂ ਸਹੂਲਤਾਂ ਦਿੱਤੀਆਂ ਲੋਕਾਂ ਨੂੰ, ਹੈਂ ਕਿਹੜੀਆਂ ਸਹੂਲਤਾਂ ਦਿੱਤੀਆਂ ਉਹ ਤੂੰ ਮੈਨੂੰ ਦੱਸ, ਮੈਨੂੰ ਦੱਸ ਕਿਹੜੀਆਂ ਸਹੂਲਤਾਂ ਦਿੱਤੀਆਂ, ਫਿਰ ਮੈਂ ਦੱਸੂਗਾ ਵੀ ਸਹੂਲਤਾਂ ਦਿੱਤੀਆਂ ਕਿ ਪਰੇਸ਼ਾਨੀਆਂ ਦਿੱਤੀਆਂ। ਦਿਓ ਜਵਾਬ ਜੀ, ਜਵਾਬ ਦਿਓ ਮੈਨੂੰ, ਤੁਸੀਂ ਜਵਾਬ ਦਿਓ। ਦੇ ਰਹੇ ਸਰ, ਦਿਓ ਜਵਾਬ, ਹੁਣ ਦਿੰਦੇ ਨੀ ਤੁਸੀਂ ਮੈਨੂੰ ਜਵਾਬ ਦਿਓ। ਉਹ ਸਰ ਜਵਾਬ, ਜਵਾਬ ਦਿਓ ਮੈਨੂੰ, ਤੁਸੀਂ ਜਵਾਬ ਨੀ ਦਿੰਦੇ, ਹੁਣ ਦਿਓ ਜਵਾਬ, ਤੁਹਾਡੇ ਕੋਲ ਵੀ ਕੋਈ ਨੀ ਜਵਾਬ ਹੈਗਾ, ਜਵਾਬ ਦਿਓ। ਉਹ ਸਰ ਜਵਾਬ ਤਾਂ ਦਿਆਂਗਾ ਜੇ ਤੁਸੀਂ ਕੁਝ ਬੋਲਣ ਦੋਗੇ ਤਾਂ। ਮੰਨ ਲੈਂਦੇ ਕਿ ਸਾਡੇ ਕਈ ਐਂਕਰ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ, ਪਰ ਇਹਦਾ ਮਤਲਬ ਇਹ ਵੀ ਤਾਂ ਨਹੀਂ ਕਿ ਤੁਸੀਂ ਸਾਰੀ ਪੜਾਸ ਆ ਕੇ ਸਾਡੇ ਤੇ ਕੱਢ ਦਿਓ, ਸਾਨੂੰ ਬੋਲਣ ਦੋਗੇ ਤਾਂ ਹੀ ਹੈ। ਮਾਫ ਕਰਨਾ ਜੀ, ਦਰਅਸਲ ਲੀਡਰਾਂ ਦੇ ਨਾ ਕਈ ਵੱਡੇ ਵੱਡੇ ਵਾਅਦਿਆਂ ਕਰਕੇ ਨਾ ਪਰੇਸ਼ਾਨੀ ਬੜੀ ਹੋਈ ਪਈ, ਵੀ ਆਹ ਸਹੂਲਤਾਂ ਦਿੱਤੀਆਂ, ਆਹ ਸਹੂਲਤਾਂ ਦਿੱਤੀਆਂ। ਆ ਤੁਸੀਂ ਮੈਨੂੰ ਦੱਸੋ ਹੁਣ ਸਾਡੇ ਲਈ ਕੀ ਸਹੂਲਤਾਂ ਦਿੱਤੀਆਂ, ਮੈਨੂੰ ਦੱਸੋ, ਮੈਂ ਤੁਹਾਨੂੰ ਦਊਂ ਜਵਾਬ ਕੀ ਦਿੱਤਾ ਉਹਨਾਂ। ਅੱਜ ਪਤਾ ਲੱਗਾ ਕਿ ਇੱਕ ਆਮ ਇਨਸਾਨ ਕਿੰਨਾ ਭਰਿਆ ਪੀਤਾ ਪਿਆ, ਪਰ ਸਰਕਾਰ ਦਾ ਮੰਨਣਾ ਹੈ, ਸਰਕਾਰ ਦਾ ਕਹਿਣਾ ਕਿ ਉਹਨਾਂ ਨੇ ਸਹੂਲਤਾਂ ਦਿੱਤੀਆਂ। ਤਾਂ ਗੱਲ ਕਰਦੇ ਹਾਂ ਅਸੀਂ ਉਹਨਾਂ ਸਹੂਲਤਾਂ ਦੇ ਬਾਰੇ ਵਿੱਚ ਕਿ ਉਹਨਾਂ ਦਾ ਗਰਾਊਂਡ ਰਿਐਲਿਟੀ ਕੀ ਹੈਗੀ ਆ। ਤਾਂ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾ ਮੁੱਦਾ ਰਾਸ਼ਨ ਤੋਂ ਸ਼ੁਰੂ ਕਰਦੇ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ
ਸਸਤਾ ਰਾਸ਼ਨ ਦਿੱਤਾ ਜਿਵੇਂ ਕਿ ਆਟਾ ਦਾਲ ਕਣਕ ਚੌਲ ਸਸਤਾ ਰਾਸ਼ਨ ਦਿੱਤਾ ਉਹ ਅਸੀਂ ਮੰਨਦੇ ਹਾਂ ਵੀ ਸਰਕਾਰ ਨੇ ਸਸਤਾ ਰਾਸ਼ਨ ਦਿੱਤਾ ਪਰ ਮਿਲਿਆ ਕਿਹਨੂੰ ਹੈ ਅਮੀਰ ਬੰਦਿਆਂ ਨੂੰ ਮਤਲਬ ਜਿਹਦੇ ਕਾਰਡ ਬਣੇ ਉਹਨਾਂ ਨੂੰ ਮਿਲਿਆ ਕਾਰਡ ਅਮੀਰਾਂ ਦੇ ਜ਼ਿਆਦਾ ਅਤੇ ਗਰੀਬਾਂ ਦੇ ਘੱਟ ਬਣੇ ਹੋਏ ਆ ਹੈ ਕਣਕ ਵਾਲੇ ਕਾਰਡ ਜਿਨ੍ਹਾਂ ਦੀ ਮੈਂ ਗੱਲ ਕਰਦਾ ਅਤੇ ਰਹੀ ਗੱਲ ਉਹਦੀ ਆਟੇ ਦੀ ਉਹ ਵੱਡਿਆਂ ਬੰਦਿਆਂ ਨੂੰ ਜ਼ਿਆਦਾ ਮਿਲਿਆ ਆਟਾ ਉਹ ਗਰੀਬਾਂ ਨੂੰ ਤਾਂ ਜ਼ਿਆਦਾ ਮਿਲਿਆ ਘਾਟਾ ਅਤੇ ਰਹੀ ਗੱਲ ਦਾਲ ਦੀ ਉਹ ਵੱਡੇ ਬੰਦਿਆਂ ਦੀ ਗਲ ਗਈ ਅਤੇ ਸਾਡੇ ਵਰਗਿਆਂ ਦੀ ਦਾਲ ਗਲੀ ਨਹੀਂ ਪਰ ਸਰ ਦੇਖੋ ਨਾ ਮਹਿੰਗਾਈ ਦੀ ਤੁਸੀਂ ਗੱਲ ਕੀਤੀ ਆ ਮਹਿੰਗਾਈ ਕਿੰਨੀ ਘੱਟ ਹੋਈ ਆ ਇੰਟਰਨੈਟ ਕਿੰਨਾ ਸਸਤਾ ਹੋਇਆ ਕਿੰਨਾ ਡਾਟਾ ਫ੍ਰੀ ਮਿਲ ਰਿਹਾ ਅੱਜ ਕੱਲ੍ਹ ਉਹ ਤੂੰ ਰਹਿਣ ਦੇ ਤੂੰ ਡਾਟਾ ਫ੍ਰੀ ਮਿਲਿਆ ਆ ਤੇਰੇ ਫ੍ਰੀ ਡਾਟੇ ਨੇ ਪਤਾ ਕਿੰਨਾ ਨੁਕਸਾਨ ਕੀਤਾ ਤੈਨੂੰ ਪਤਾ ਆ ਫ੍ਰੀ ਡਾਟੇ ਕਰਕੇ ਪਿੱਛੇ ਜਿਹਾ ਆ ਜਵਾਕਾਂ ਦੇ ਸਕੂਲਾਂ ਦੇ ਵਿੱਚ ਰਿਜ਼ਲਟ ਕਿੰਨੇ ਮਾੜੇ ਆਏ ਨੇ ਜਵਾਕਾਂ ਦੀ ਜ਼ਿੰਦਗੀ ਦਾ ਬੇੜਾ ਗਰਕ ਕਰ ਦਿੱਤਾ ਇਹ ਫ੍ਰੀ ਡਾਟਾ ਉਹ ਫ੍ਰੀ ਡਾਟਾ ਨਹੀਂ ਨਿਰਾ ਹੀ ਘਾਟਾ ਆ ਸਰਕਾਰ ਨੇ ਕਿੰਨੀਆਂ ਸੜਕਾਂ ਬਣਾਈਆਂ ਉਹਦਾ ਵੀ ਤਾਂ ਫਾਇਦਾ ਹੀ ਹੋਇਆ ਨਾ ਸੜਕਾਂ ਦਾ ਫਾਇਦਾ ਹੋਇਆ ਅਸੀਂ ਕਦੋਂ ਕਹਿੰਦੇ ਨਹੀਂ ਫਾਇਦਾ ਹੋਇਆ ਪਰ ਫਾਇਦਾ ਲੋਕਾਂ ਨੂੰ ਘੱਟ ਆ ਟੋਲ ਟੈਕਸ ਵਾਲਿਆਂ ਨੂੰ ਜ਼ਿਆਦਾ ਆ ਸੜਕ ਬਾਅਦ 'ਚ ਬਣਦੀ ਆ ਆ ਟੋਲ ਟੈਕਸ ਪਹਿਲਾਂ ਲਾ ਦਿੰਦੇ ਨੇ ਹੈ ਉਹ ਇੱਥੋਂ ਤੱਕ ਕਈ ਸੜਕਾਂ 'ਤੇ ਟੋਲ ਟੈਕਸ ਲੱਗੇ ਨੇ ਤਾਂ ਇੰਨਾ ਚਿਰ ਹੋ ਗਿਆ ਉਹਨਾਂ ਦੀ ਮਨਿਆਦ ਵੀ ਲੰਘ ਗਈ ਆ ਪਰ ਟੋਲ ਟੈਕਸ ਅਜੇ ਵੀ ਚੱਲੀ ਜਾਂਦੇ ਨੇ ਹੈ ਦੱਸੋ ਕੀ ਫਾਇਦਾ ਹੋਇਆ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਅਲਟੀਮੇਟਲੀ ਉਹਦਾ ਵੀ ਫਾਇਦਾ ਤੁਹਾਨੂੰ ਹੀ ਹੋਣਾ ਫਾਇਦਾ ਕਦੋਂ ਹੋਣਾ ਹੁਣ ਤੱਕ ਤਾਂ ਸਾਨੂੰ ਲਾਰੇ ਹੀ ਦਿੱਤੇ ਜਾਂਦੇ ਨੇ ਹੈ ਨੌਕਰੀਆਂ ਕਦੋਂ ਦੇਣੀਆਂ ਜਦੋਂ ਅਸੀਂ ਬੁੱਢੇ ਹੋ ਗਏ ਉਦੋਂ ਅਸੀਂ ਬੁਢਾਪਾ ਪੈਨਸ਼ਨ ਲਵਾਂਗੇ ਕਿ ਨੌਕਰੀਆਂ ਲਵਾਂਗੇ ਜੀ ਮਤਲਬ ਜਿਹੜੀ ਨੌਕਰੀ ਹੈ ਉਹਦੀ ਕੋਈ ਮਿਆਦ ਨਹੀਂ ਤੈਅ ਹੈ ਕਿ ਨੌਕਰੀ ਕਦੋਂ ਮਿਲਣੀ ਹੈ ਹਾਂ ਠੀਕ ਸਰ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਨੋਟਬੰਦੀ ਦੇ ਨਾਲ ਆਮ ਜਨਤਾ ਦਾ ਬਹੁਤ ਸਾਰਾ ਫਾਇਦਾ ਕੀਤਾ ਇਸੇ ਤਰ੍ਹਾਂ GST ਦੇ ਨਾਲ ਲੋਕਾਂ ਦਾ ਬਹੁਤ ਸਾਰਾ ਫਾਇਦਾ ਕੀਤਾ ਹੋਰ ਕਈ ਤਰੀਕਿਆਂ ਦੇ ਨਾਲ ਆਮ ਲੋਕਾਂ ਦਾ ਬਹੁਤ ਸਾਰਾ ਫਾਇਦਾ ਕੀਤਾ ਮੈਂ ਕਹਾਂਗਾ ਜੀ ਆ ਪਹਿਲੀਆਂ ਦੋ ਲਾਈਨਾਂ ਨੂੰ ਛੱਡ ਕੇ ਆ ਜਿਹੜੀ ਤੁਸੀਂ ਅਖੀਰ 'ਤੇ ਗੱਲ ਕਹੀ ਹੈ ਨਾ ਜਿਹੜੀ ਕਿ ਹੋਰ ਬੜੇ ਤਰੀਕਿਆਂ ਨਾਲ ਫਾਇਦਾ ਕੀਤਾ ਉਹਦੇ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਪੁੱਛੋ ਕਿਵੇਂ ਮੈਂ ਤੁਹਾਨੂੰ ਦੱਸਦਾ ਹਾਂ ਆ ਹੋਰ ਬੜੇ ਤਰੀਕਿਆਂ ਨਾਲ ਇੰਨਾ ਫਾਇਦਾ ਕੀਤਾ ਪਰ ਆਪਣੇ ਕਈ ਖਾਸ ਬੰਦਿਆਂ ਦਾ ਕੀਤਾ ਔਰ ਜਿਨ੍ਹਾਂ ਦਾ ਫਾਇਦਾ ਕੀਤਾ ਨਾ ਹੁਣ ਇਹਨਾਂ ਦੇ ਕਾਬੂ ਨਹੀਂ ਆਉਂਦੇ ਪਏ ਕੋਈ ਬਾਹਰ ਉਡਾਰੀ ਮਾਰ ਗਿਆ ਕੋਈ ਕਿੱਧਰ ਉਡਾਰੀ ਮਾਰ ਗਿਆ ਤੁਹਾਨੂੰ ਪਤਾ ਹੀ ਆ ਔਰ ਬਾਕੀ ਆਮ ਜਨਤਾ ਨੂੰ ਤਾਂ ਕੀ ਕੀਤਾ ਸਰਕਾਰ ਤੋਂ ਆਮ ਵੋਟਰ ਹੋਣ ਦੇ ਨਾਤੇ ਕੀ ਮੰਗ ਕਰਦੇ ਹੋ ਕੀ ਆਸ ਰੱਖਦੇ ਹੋ ਦੇਖੋ ਬਾਈ ਜੀ ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ ਸਾਡੀ ਮੰਗ ਇਹ ਹੀ ਆ ਸਰਕਾਰ ਤੋਂ ਕਿ ਆਹ ਜਿਹੜੀ ਗੰਦੀ ਰਾਜਨੀਤੀ ਹੈ ਇਹਨੂੰ ਬੰਦ ਕਰਨ ਅਤੇ ਸਾਡੇ ਲੋਕਾਂ ਲਈ ਕੁਝ ਸੋਚਣ ਸਾਨੂੰ ਨਹੀਂ ਜੇ ਚਾਹੀਦਾ ਤੁਹਾਡਾ ਫ੍ਰੀ ਦਾ ਕੋਈ ਆਟਾ ਫ੍ਰੀ ਦਾ ਕੋਈ ਰਾਸ਼ਨ ਫ੍ਰੀ ਦਾ ਕੋਈ ਇੰਟਰਨੈਟ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਜੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਵਿਦੇਸ਼ਾਂ ਵੱਲ ਨਹੀਂ ਜਾਣਗੇ ਇੱਥੇ ਰਹਿ ਕੇ ਵਧੀਆ ਕੰਮ ਕਰਨਗੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਨਗੇ ਦੇਸ਼ ਦਾ ਨਾਂ ਰੋਸ਼ਨ ਕਰਨਗੇ ਨਸ਼ਿਆਂ ਦੇ ਗਲਤ ਰਾਹ ਵੱਲ ਨਹੀਂ ਜਾਣਗੇ ਹੈ ਉਹ ਸਾਨੂੰ ਨਹੀਂ ਕਿਸਾਨਾਂ ਨੂੰ ਚਾਹੀਦਾ ਕੋਈ ਕਰਜ਼ਾ ਚਾਹੀਦਾ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਉਹ ਫਸਲਾਂ ਦੇ ਜਿਹੜੇ ਮੁੱਲ ਨੇ ਉਹ ਸਹੀ ਚਾਹੀਦੇ ਨੇ ਜੇ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਮੁੱਲ ਸਹੀ ਮਿਲਣਗੇ ਤੇ ਉਹ ਕੋਈ ਵੀ ਸਾਡਾ ਕਿਸਾਨ ਭਰਾ ਜਿਹੜਾ ਉਹ ਖੁਦਕੁਸ਼ੀ ਨਹੀਂ ਕਰੇਗਾ ਉਹ ਖੁਸ਼ਹਾਲ ਹੋਵੇਗਾ ਸਾਨੂੰ ਨਹੀਂ ਚਾਹੀਦੀ ਤੁਹਾਡੀ ਕੋਈ ਇੱਦਾਂ ਦੀ ਸਕੀਮ ਜੇ ਸਾਨੂੰ ਚਾਹੀਦਾ ਸਿਰਫ ਸਾਡਾ ਇੱਕ ਨਸ਼ਾ ਮੁਕਤ ਸਾਡਾ ਪੰਜਾਬ ਚਾਹੀਦਾ ਸਾਡਾ ਸੋਹਣਾ ਪੰਜਾਬ ਚਾਹੀਦਾ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਆ ਛੇਵਾਂ ਦਰਿਆ ਨਸ਼ੇ ਦਾ ਵਗਦਾ ਪਿਆ ਇਹਨੂੰ ਖਤਮ ਕੀਤਾ ਜਾਏ ਜੇ ਸਾਨੂੰ ਦੇ ਸਕਦੇ ਹੋ ਤਾਂ ਸਾਡਾ ਨਸ਼ਾ ਮੁਕਤ ਸਾਨੂੰ ਪੰਜਾਬ ਦੇਵੋ ਜੇ ਸਾਡੇ ਬੱਚਿਆਂ ਕੋਲ ਰੁਜ਼ਗਾਰ ਹੋਊਗਾ ਸਾਡੇ ਕਿਸਾਨ ਭਰਾਵਾਂ ਕੋਲ ਉਹਨਾਂ ਦੀ ਫਸਲ ਦਾ ਚੰਗਾ ਮੁੱਲ ਹੋਏਗਾ ਤਾਂ ਸਾਨੂੰ ਕਿਸੇ ਚੀਜ਼ ਦੀ ਫ੍ਰੀ ਦੀ ਲੋੜ ਨਹੀਂ ਹੋਏਗੀ ਅਸੀਂ ਪੈਸੇ ਦੇ ਨਾਲ ਆਪਣੀ ਸਾਰੀ ਚੀਜ਼ ਖਰੀਦ ਲਾਂਗੇ ਸਾਨੂੰ ਕੋਈ ਫ੍ਰੀ ਦਾ ਲਾਲਚ ਨਹੀਂ ਚਾਹੀਦਾ ਸਾਨੂੰ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਘਰ ਔਰ ਸਾਡਾ ਇਹ ਆਸ ਪਾਸ ਖੁਸ਼ਹਾਲ ਚਾਹੀਦਾ ਤਾਂ ਦੇਖਿਆ ਦੋਸਤੋ ਕਿ ਇੱਕ ਆਮ ਇਨਸਾਨ ਕੀ ਚਾਹੁੰਦਾ ਹੈ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀਆਂ ਗੱਲਾਂ 'ਤੇ ਜਿਹੜਾ ਹੈ ਗੌਰ ਕੀਤੀ ਜਾਵੇ ਧਿਆਨ ਦਿੱਤਾ ਜਾਵੇ ਖਾਸ ਧਿਆਨ ਦਿੱਤਾ ਜਾਵੇ ਤਾਂ ਕਿ ਦੇਸ਼ ਸਮਾਜ ਜਿਹੜਾ ਹੈ ਇੱਕ ਤਰੱਕੀ ਦੇ ਰਾਹ 'ਤੇ ਪੈ ਸਕੇ ਇੰਨੀਆਂ ਕੁ ਗੱਲਾਂ ਦੇ ਨਾਲ ਇਜਾਜ਼ਤ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ